The biggest South Asian media group. Why Media? Why Media? Why Media has newspaper, midweek, radio, South Asian Pulse, television. You are watching Channel Y. Channel Y. A South Asian Canadian channel. Online, SouthAsianDaily.com. The biggest South Asian media group. Why Media? You are watching Channel Y. Channel Y. A South Asian Canadian channel. ਮਾਨਸਾ ਵਿੱਚ ਪੰਜਾਬ ਦੇ ਪਸ਼ੂ ਪਾਲਣ ਮਹਿਕਮੇ ਵੱਲੋਂ ਇੱਕ ਕੈਂਪ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਪਸ਼ੂ ਧਨ ਸਾਂਭ ਕੇ ਰੱਖਣ ਬਾਰੇ ਜਾਗਰੂਕ ਕੀਤਾ ਗਿਆ। ਖੇਤੀਬਾੜੀ ਮਹਿਕਮੇ ਦੇ ਮਾਹਰਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਦੱਸਿਆ ਕਿ ਉਹ ਆਪਣੇ ਪਸ਼ੂਆਂ ਦੀ ਸਾਂਭ ਸੰਭਾਲ ਕਿਵੇਂ ਕਰ ਸਕਦੇ ਨੇ ਅਤੇ ਕਿਵੇਂ ਉਹਨਾਂ ਤੋਂ ਜ਼ਿਆਦਾ ਦੁੱਧ ਲੈ ਸਕਦੇ ਨੇ। ਪੰਜਾਬ ਸਰਕਾਰ ਪਸ਼ੂ ਮੇਲਿਆਂ ਦੇ ਵਿੱਚ ਸਭ ਤੋਂ ਵੱਧ ਇਨਾਮੀ ਰਾਸ਼ੀ ਵੀ ਦੇ ਰਹੀ ਹੈ। ਕਰੀਬ 7 ਲੱਖ ਦੀ ਇਨਾਮੀ ਰਾਸ਼ੀ ਇਸ ਪਸ਼ੂ ਮੇਲੇ ਦੇ ਦੌਰਾਨ ਵੰਡੀ ਜਾਏਗੀ। ਅੱਜ ਮਾਨਸਾ ਜ਼ਿਲ੍ਹੇ ਵਿੱਚ ਪਸ਼ੂ ਮੇਲਾ ਲਗਾਇਆ ਗਿਆ, ਜਿਸ ਵਿੱਚ ਵੱਖ ਵੱਖ ਨਸਲਾਂ ਦੇ ਪਸ਼ੂ ਜਿਹੜੇ ਆਏ ਹੈ। ਸਾਡਾ 2% ਸੋਲਵ ਹੁੰਦੇ ਨੇ, ਪਸ਼ੂਆਂ ਦੀ ਨਸਲ 'ਚ ਸੁਧਾਰ ਆਉਂਦਾ ਹੈਗਾ। ਦੂਜਾ, ਲੋਕ ਜਿਹੜੇ ਨੇ ਸਬਸਿਡਰੀ ਧੰਦੇ ਜਿਹੜੇ ਨੇ ਉਹ ਖੇਤੀ ਦੇ ਨਾਲ ਅਪਲਾਈ ਕਰ ਸਕਣ, ਉਹਨਾਂ ਨੂੰ ਵੀ ਚਲੋ ਉਹਦੀ ਵਧੀਆ ਜਾਣਕਾਰੀ ਮਿਲਦੀ ਹੈ। ਚੰਗਾ ਲਿਟਰੇਚਰ ਜਿਹੜਾ ਹੈਗਾ ਇੱਥੇ ਅਸੀਂ ਡਿਸਟ੍ਰੀਬਿਊਟ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਵੱਧ ਵਧੀਆ ਜਾਣਕਾਰੀ ਹੋਵੇ ਅਤੇ ਜਿਹੜੇ ਸਹਾਇਕ ਧੰਦੇ ਨੇ ਉਹ ਵੀ ਨਾਲ ਦੇ ਨਾਲ ਸ਼ੁਰੂ ਕਰ ਸਕਣ। ਇਹ ਸਾਡਾ 7ਵਾਂ ਜਿਹੜਾ ਪਸ਼ੂ ਧਨ ਅਤੇ ਦੁੱਧ ਚਵਾਈ ਮੁਕਾਬਲੇ ਹੋ ਰਹੇ ਨੇ ਸਾਡੇ। ਇਹ ਜ਼ਿਲ੍ਹਾ ਪੱਧਰ ਹੋ ਰਿਹਾ ਪਹਿਲਾਂ ਜੀ, ਫਿਰ ਇਸ ਤੋਂ ਬਾਅਦ ਸਾਡਾ ਜਿਹੜਾ ਪਟਿਆਲਾ ਪੱਧਰ ਹੈਗਾ ਪੰਜਾਬ ਦਾ, ਉਹ ਸਾਡਾ ਐਤਕੀ ਹੋਣਾ ਪਟਿਆਲਾ ਵਿਖੇ ਜੀ, 1 ਤੋਂ ਲੈ ਕੇ 5 ਦਸੰਬਰ। ਇਹ ਸਾਡੇ ਡਿਸਟ੍ਰਿਕਟ ਲੈਵਲ ਦੇ ਹੋ ਰਹੇ ਨੇ, ਜਿਹਦੇ ਵਿੱਚ ਅਸੀਂ ਬਰੀਡ ਕੰਪੀਟੀਸ਼ਨ ਕਰਵਾਉਂਦੇ ਹਾਂ ਪਲੱਸ ਅਸੀਂ ਦੁੱਧ ਚਵਾਈ ਕਰਾਉਂਦੇ ਹੈਗੇ ਹਾਂ। ਇਹਦੇ ਵਿੱਚ ਸਾਡਾ ਮੁੱਖ ਮੰਤਵ ਇਹ ਹੁੰਦਾ ਹੈਗਾ, ਜਿਹੜਾ ਆਪਣਾ ਕਿਸਾਨ ਹੈਗਾ ਵੀ ਉਹਦਾ ਜਿਹੜਾ ਪੱਧਰ ਹੈਗਾ, ਇਕਨੋਮਿਕ ਪੱਧਰ ਜਿਹੜਾ ਉਹਦਾ ਆਰਥਿਕ ਪੱਧਰ ਹੈਗਾ, ਉਹਨੂੰ ਜ਼ਿਆਦਾ ਤੋਂ ਜ਼ਿਆਦਾ ਉੱਚਾ ਚੁੱਕਿਆ ਜਾ ਸਕੇ। ਅਸੀਂ ਉਹਨਾਂ ਨੂੰ 7 ਲੱਖ ਦੇ ਇਨਾਮ ਦੇ ਰਹੇ ਹਾਂ ਜੀ, ਅਸੀਂ ਉਹਨਾਂ ਨੂੰ ਬਹੁਤ ਬੈਸਟ ਪ੍ਰਾਈਜ਼ ਦੇ ਰਹੇ ਹਾਂ ਸਾਰੇ ਇੰਡੀਆ ਦੇ ਵਿੱਚੋਂ। ਅਗਰ ਕੋਈ ਬੈਸਟ ਪ੍ਰਾਈਜ਼ ਦੇ ਰਿਹਾ ਤਾਂ ਸਾਡੀ ਪੰਜਾਬ ਸਰਕਾਰ ਹੀ ਦਿੰਦੀ ਹੈਗੀ ਆ। ਸੰਗਰੂਰ ਦੇ ਵਿੱਚ ਇੱਕ ਪਿੰਡ ਦੇ ਨੌਜਵਾਨ ਨੇ 60,000 ਰੁਪਏ ਕੀਮਤ ਦੀ ਇੱਕ ਕਾਰ ਬਣਾਈ ਹੈ। ਇਸ ਕਾਰ ਦੀ ਵਿਸ਼ੇਸ਼ਤਾ ਇਹ ਹੈ ਕਿ 6 ਲੋਕ ਇਸ ਵਿੱਚ ਆਰਾਮ ਨਾਲ ਬੈਠ ਸਕਦੇ ਨੇ ਅਤੇ ਭੀੜ ਭਾੜ ਵਾਲੇ ਰਸਤੇ ਤੋਂ ਵੀ ਇਹ ਕਾਰ ਆਰਾਮ ਨਾਲ ਚੱਲੇਗੀ। ਵੱਧਦੇ ਟ੍ਰੈਫਿਕ ਨੂੰ ਦੇਖਦੇ ਹੋਏ ਇਹ ਕਾਰ ਬਣਾਈ ਗਈ ਹੈ। ਹਾਲੇ ਤੱਕ ਇਹ ਸਿਰਫ ਇੱਕ ਵਿਦਿਆਰਥੀ ਦੀ ਖੋਜ ਹੈ। ਕਾਨੂੰਨੀ ਤੌਰ 'ਤੇ ਕੀ ਇਸ ਨੂੰ ਮਾਨਤਾ ਮਿਲ ਸਕਦੀ ਹੈ ਜਾਂ ਇਸ ਪ੍ਰੋਜੈਕਟ 'ਤੇ ਵੱਡੀਆਂ ਵੱਡੀਆਂ ਕੰਪਨੀਆਂ ਸੋਚ ਵਿਚਾਰ ਕਰ ਸਕਦੀਆਂ ਨੇ, ਇਸ ਗੱਲ ਦਾ ਪਤਾ ਆਉਣ ਵਾਲੇ ਸਮੇਂ 'ਚ ਲੱਗੇਗਾ। ਕਲਾਕਾਰ ਤਮੰਨਾ ਭਾਟੀਆ ਨੇ ਮੁੰਬਈ ਦੇ ਵਿੱਚ ਹੈਲਪਿੰਗ ਹੈਂਡਸ ਨਾਂ ਦੀ ਇੱਕ ਸਮਾਗਮ ਦਾ ਉਦਘਾਟਨ ਕੀਤਾ। ਹੈਲਪਿੰਗ ਹੈਂਡਸ ਦੇ ਜ਼ਰੀਏ ਪੀੜਿਤ ਬੱਚਿਆਂ ਲਈ ਪੈਸਾ ਇਕੱਠਾ ਕੀਤਾ ਜਾਂਦਾ, ਉਹ ਬੱਚੇ ਜਿਹੜੇ ਕਿ ਕੈਂਸਰ ਨਾਲ ਪੀੜਿਤ ਹੁੰਦੇ ਨੇ। ਤਮੰਨਾ ਨੇ ਇੱਕ ਕੈਂਸਰ ਪੀੜਿਤ ਬੱਚੇ ਦਾ ਜਨਮਦਿਨ ਵੀ ਮਨਾਇਆ। Helping Hands Foundation is associated with Tata Memorial Pediatrics, and they are helping generate funds for patients who are suffering from cancer and cannot afford it, and they're supporting 150 families, which I think is an amazing number. And unfortunately cancer has become so rampant, and it's we hear of it so often, and sometimes we don't realize how difficult it is for the families till we actually go through it ourselves. So I just feel as if at all people who can't afford it and people who really need the help, such foundations really help in getting them out of their out of their situation, and this is a very very noble cause. So Madhavi Goenka ji ko main seriously namaskar kehna chahti hu, because unhone kaafi saalon se ये फाउंडेशन में इतना काम किया है एंड इतने बच्चों को, इतने फैमिलीज़ को उन्होंने रिलीफ दिया है। सो इट्स अ ग्रेट इनिशिएटिव, एंड मुझे इस बार जब इसका पता पड़ा, आई जस्ट लाइक टू लेट माधवी जी नो दैट आई एम ऑलवेज देयर फॉर दिस कॉज, एंड एनीथिंग दैट आई कुड बी अ पार्ट ऑफ, आई बी वेरी हैप्पी टू हेल्प। खबर लुधियाना तो है, जिथे लोगों को पानी उपलब्ध कराने वाले खुद पानी की बूंद बूंद लिए तरस गए ने।
ਭਾਵ ਨਹਿਰੀ ਮਹਿਕਮੇ ਦਾ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ, ਜਿਸ ਕਰਕੇ ਉਹਨਾਂ ਦੀਆਂ ਪਾਣੀ ਵਾਲੀਆਂ ਮੋਟਰਾਂ ਬੰਦ ਨੇ ਅਤੇ ਟੈਂਕੀਆਂ ਵਿੱਚ ਪਾਣੀ ਨਹੀਂ ਆ ਰਿਹਾ। ਸਰ, ਸਾਡੇ ਇੱਥੇ ਜਿਹੜੇ ਸਾਡੇ ਮੇਨ ਆਫਿਸਿਸ ਨੇ, ਜਿਹੜਾ ਸਭ ਤੋਂ ਮੇਨ ਆਫਿਸ ਆ ਸਾਡਾ, ਉਹ ਜਿਹੜਾ ਹੈਗਾ ਸਰਹੰਦ ਕਨਾਲ ਸਰਕਲ ਆ ਜੀ ਇੱਥੇ। ਸੈਕਿੰਡਲੀ ਜਿਹੜਾ ਸਾਡਾ ਡਿਵੀਜ਼ਨ ਆ ਸਾਡੀ ਸਿੱਧਵਾਂ ਕਨਾਲ ਡਿਵੀਜ਼ਨ ਆ ਜੀ ਇੱਥੇ। ਇਹਨਾਂ ਦੇ ਬਿੱਲ ਲਗਭਗ ਮਹੀਨਾ ਹੀ ਹੋ ਚੱਲਿਆ ਜੀ, ਹੁਣ ਕੱਟਿਆ ਜਾ ਚੁੱਕਿਆ ਸਾਡਾ ਕਨੈਕਸ਼ਨ। ਅਤੇ ਜਿਹੜਾ ਬਿੱਲ ਸਾਡਾ ਖੜਾ ਹੈਗਾ ਸਰਹੰਦ ਕਨਾਲ ਸਰਕਲ ਅਤੇ ਸਿੱਧਵਾਂ ਕਨਾਲ ਡਿਵੀਜ਼ਨ ਦਾ, ਉਹ 1,28,000 ਰੁਪਏ। ਹੋਰ ਜਿਹੜੇ ਇੱਥੇ ਸਾਡੇ ਮੀਟਰਸ ਆਉਂਦੇ ਆ, ਸਾਡੀ ਪਾਣੀ ਵਾਲੀ ਮੋਟਰ ਹੈ ਜੀ ਇੱਥੇ, ਰੈਸਟ ਹਾਊਸ ਆ ਅਤੇ ਇੱਕ ਤਾਰ ਘਰ ਆ। ਇਹਨਾਂ ਦੇ ਵਿੱਚੋਂ ਸਾਡੇ ਰੈਸਟ ਹਾਊਸ ਅਤੇ ਤਾਰ ਘਰ ਦਾ ਕਨੈਕਸ਼ਨ ਵੀ ਕੱਟਿਆ ਹੋਇਆ। ਰੈਸਟ ਹਾਊਸ ਦਾ ਇਸ ਵਕਤ 6,00,000 ਰੁਪਇਆ ਪੈਂਡਿੰਗ ਆ ਅਤੇ ਜਿਹੜਾ ਤਾਰ ਘਰ ਆ ਉਹ 1,70,000 ਰੁਪਇਆ ਪੈਂਡਿੰਗ ਆ। ਪਾਣੀ ਦਾ ਮੋਟਰ ਜਿਹੜਾ ਸੀਗਾ ਸਾਡੀ, ਉਹ ਵੀ ਕੱਟ ਦਿੱਤੀ ਗਈ ਸੀ, ਪਰ ਅੱਜ ਦੀ ਡੇਟ 'ਚ ਉਹ ਚੱਲ ਰਹੀ ਆ। ਅਤੇ ਉਹ ਅਸੀਂ ਰਿਕੁਐਸਟ ਕਰਕੇ ਬਿਜਲੀ ਡਿਪਾਰਟਮੈਂਟ ਵਾਲਿਆਂ ਨੂੰ ਚਲਵਾ ਲਈ ਸੀ, ਕਿਵੇਂ ਪਾਣੀ ਜਿਹੜਾ ਹੈਗਾ ਉੱਥੇ ਸਾਰੇ ਲੋਕ ਰਹਿ ਰਹੇ ਆ ਕਲੋਨੀ ਦੇ ਵਿੱਚ, ਪਾਣੀ ਬਹੁਤ ਜ਼ਰੂਰੀ ਹੈ, ਮੌਸਮ ਵੀ ਇੱਦਾਂ ਦਾ, ਅਤੇ ਉਹ ਸਾਡਾ ਚੱਲ ਰਿਹਾ। ਕੁੱਲ ਮਿਲਾ ਕੇ ਜਿਹੜਾ ਸਾਡਾ ਸਾਰਾ ਬਿੱਲ ਆ ਇਹ 11,00,000 ਰੁਪਇਆ ਹੈਗਾ। ਅਤੇ ਇਹਦੇ ਲਈ ਸਾਡੇ ਵੱਲੋਂ ਪੂਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਐਕਸਿਨ ਸਾਹਿਬ ਵੱਲੋਂ, SC ਸਾਹਿਬ ਵੱਲੋਂ, ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ, ਅਤੇ ਜਿਹੜੀ ਫਾਈਲ ਆ ਸਾਰੀ ਡੀਲ ਹੋ ਕੇ, ਅੰਡਰ ਸੈਕਟਰੀ ਸਾਹਿਬ ਤੋਂ ਡੀਲ ਹੋ ਕੇ, ਈਵਨ ਸੈਕਟਰੀ ਸਾਹਿਬ ਤੋਂ ਡੀਲ ਹੋ ਕੇ ਇਹ FD ਡਿਪਾਰਟਮੈਂਟ ਨੂੰ ਜਾ ਚੁੱਕੀ ਹੈ। ਉਧਰ ਤਰਨ ਤਾਰਨ ਵਿੱਚ ਪੁਲਿਸ ਨੇ ਇੱਕ ਵਿਅਕਤੀ ਤੋਂ ਹੈਰੋਇਨ ਅਤੇ ਅਸਲਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦੇ ਮੁਤਾਬਕ ਮੁਲਜ਼ਮ ਕੋਲੋਂ 265 ਗ੍ਰਾਮ ਹੈਰੋਇਨ, ਪਿਸਤੌਲ, 3 ਮੈਗਜ਼ੀਨ, 20 ਰੌਂਦ ਕਾਰਤੂਸ ਬਰਾਮਦ ਕੀਤੇ ਗਏ ਨੇ। ਮੁਲਜ਼ਮ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ BSF ਦਾ ਬਰਖਾਸਤ ਸਿਪਾਹੀ ਹੈ। ਮੁੱਖ ਅਫਸਰ ਥਾਣਾ ਸਿਟੀ ਪੱਟੀ, ਸਵੇਤ ASI ਬਲਵੀਰ ਸਿੰਘ, ASI ਪੰਨਾਲਾਲ ਅਤੇ ਹੋਰ ਜਿਹੜੇ ਇਹਨਾਂ ਦੇ ਨਾਲ ਕਰਮਚਾਰੀ ਪੁਲਿਸ ਕਰਮਚਾਰੀ ਸੀ, ਉਹਨਾਂ ਦੇ ਨਾਲ ਕੱਲ੍ਹ ਕਸ ਦੇ ਸੰਬੰਧ ਵਿੱਚ ਏਰੀਏ ਵਿੱਚ ਸੀਗੇ। ਜਦੋਂ ਜਿੱਥੇ ਨਵਾਂ ਜੁਡੀਸ਼ੀਅਲ ਕੰਪਲੈਕਸ ਬਣ ਰਿਹਾ ਹੈਗਾ, ਉੱਥੇ ਇੱਕ ਆਦਮੀ ਜਿਹੜਾ ਇਹਨਾਂ ਨੇ ਵਿਕਰਮਜੀਤ ਸਿੰਘ ਜੀ ਦਾ ਪਿੰਡ ਮੰਗਣਾ ਨਹੀਂ ਹੈਗਾ, ਇਹ ਇਹਨਾਂ ਨੂੰ ਮਤਲਬ ਉਸ ਪਾਰਟੀ ਨੂੰ ਦੇਖ ਕੇ ਉਹਨੇ ਆਪਣੇ ਜਿਹੜੇ ਜੇਬ ਦੇ ਵਿੱਚੋਂ ਕੱਢ ਕੇ ਕੋਈ ਲਫਾਫਾ ਨਵਾਂ ਚੀਜ਼ ਜਿਹੜੀ ਹੈ ਜ਼ਮੀਨ 'ਤੇ ਸੁੱਟ ਦਿੱਤੀ। ਛੱਤ ਪੈਣ 'ਤੇ ਪੁਲਿਸ ਪਾਰਟੀ ਨੇ ਉਹ ਘੇਰਾ ਪਾ ਕੇ ਕਾਬੂ ਕੀਤਾ। ਕਾਬੂ ਕਰਨ 'ਤੇ ਉਹਦਾ ਜਿਹੜਾ ਨਾਂ ਹੈ, ਉਹਦਾ ਪੁੱਛਣ 'ਤੇ ਉਹਨੇ ਆਪਣਾ ਨਾਂ ਹੈ ਵਿਕਰਮਜੀਤ ਸਿੰਘ ਦੱਸਿਆ। ਉਹਦੇ ਕੋਲ ਜਿਹੜੀ ਸੱਤ ਦੇ ਦੌਰਾਨ ਉਹਦੇ ਇੱਕ ਡੱਬਾ ਦੇ ਵਿੱਚੋਂ ਇੱਕ ਪਿਸਟਲ ਮਿਲਿਆ, 32 ਲੋਕ ਦਾ ਸੀ। ਉਹਦੇ ਵਿੱਚੋਂ 3 ਮੈਗਜ਼ੀਨ ਅਤੇ 1 ਪਿਸਟਲ, 32 ਲੋਕ ਦਾ, ਅਤੇ 20 ਉਹਦੇ ਵਿੱਚੋਂ ਜਿੱਦਾਂ ਜਿਹੜੇ ਕਾਰਤੂਸ ਨੇ ਉਹ ਮਿਲੇ ਹੈਗੇ। ਅਤੇ ਜਿਹੜੀ ਉਹਨੇ ਥੱਲੇ ਸੁੱਟੀ ਸੀ ਜ਼ਮੀਨ 'ਤੇ ਲਫਾਫਾ ਨਵਾਂ ਚੀਜ਼, ਪੁਲਿਸ ਦੇ ਉਹਨੇ ਪੇਸ਼ ਕੀਤੀ। ਪੁਲਿਸ ਦੇ ਪੇਸ਼ ਕਰਨ ਤੋਂ ਬਾਅਦ ਜੀ ਉਹਦੇ ਵਿੱਚ ਜਿਹੜੀ ਹੈ ਹੈਰੋਇਨ 250 ਗ੍ਰਾਮ ਦੀ ਹੈ, 265 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਹੋਈ ਹੈ। ਇਹਦੇ ਮੁਤਾਬਕ ਜਿਹੜਾ ਥਾਣਾ ਸਿਟੀ ਪੱਟੀ ਦੋਸ਼ੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। 25 ਚੰਗਾ ਨਾਲ ਇੱਕ ਹੀ ਕਾਰਨ ਜਿਹੜੀ ਹੈ ਤਫਤੀਸ਼ ਜਿਹੜੀ ਹੈ ਅੱਗੇ ਜਾਰੀ ਹੈ। ਦਿੱਲੀ ਦੇ ਵਿੱਚ ਮਿਸ ਦੀਵਾ ਕੰਟੈਸਟ ਦੀਆਂ ਧੂਮਾਂ ਪੈ ਰਹੀਆਂ ਨੇ। ਇਸ ਮੌਕੇ ਮੰਨੇ ਪ੍ਰਮੰਨੇ ਕਲਾਕਾਰ ਇਸ ਮੁਕਾਬਲੇ ਦੇ ਵਿੱਚ ਪਹੁੰਚ ਰਹੇ ਨੇ। ਸ਼ਾਨ, ਟਾਈਟ ਅਤੇ ਈਸ਼ਾ ਗੁਪਤਾ ਵੀ ਇਸ ਮੌਕੇ ਤੇ ਪਹੁੰਚੇ। ਆਓ ਸੁਣਦੇ ਹਾਂ ਈਸ਼ਾ ਗੁਪਤਾ ਨੇ ਕੀ ਕਿਹਾ। ਪਤਾ ਹੈ, ਬਹੁਤ ਸਟ੍ਰੇਂਜਲੀ ਮੇਰੇ ਟਾਈਮ ਪੇ ਲਾਰਾ ਦੱਤਾ ਥੀ ਮੈਂਟੋਰ, ਔਰ ਆਈ ਸਟਿਲ ਰਿਮੈਂਬਰ ਉਹਨੇ ਮੁਝੇ ਪਰਸਨਲੀ ਜਬ ਉਹਨਾਂ ਨੇ ਦੇਖਾ ਥਾ, ਬਹੁਤ ਪਸੰਦ ਆਈ ਥੀ। ਉਹਨੇ ਮੁਝੇ ਬਸ ਇਹ ਬੋਲਾ ਥਾ, ਆਪਣਾ ਕਾਨਫਰੰਸ ਜੋ ਹੈ ਉਸੀ ਕੋ ਬਰਕਰਾਰ ਰੱਖਣਾ ਚਾਹੇ ਔਰ ਉੱਪਰ ਜਾਣਾ ਨੀਚੇ ਮਤ ਆਨੇ ਦੇਗਾ। ਤੋ ਮੈਂ ਸਭ ਲੜਕੀ ਕੋ ਇਹ ਬੋਲੂੰਗੀ ਕਿ ਆਪ ਜੋ ਵੀ ਕਰੇ ਕਾਨਫਰੰਸ ਸੇ ਕਰੇ, ਬਿਕੋਜ਼ ਵੋ ਜੋ ਹੈ ਵੋ ਅਲੱਗ ਹੀ ਦਿਖਤਾ ਹੈ, ਵੋ ਜਜਸ ਕੋ ਵੀ ਦਿਖਤਾ ਹੈ, ਵੋ ਆਡੀਅੰਸ ਕੋ ਵੀ ਦਿਖਤਾ ਹੈ, ਵੋ ਆਪਕੀ ਫੋਟੋਗ੍ਰਾਫਸ ਆਪਕੇ ਹਰ ਨੇਚਰ ਮੇਂ ਦਿਖਤਾ ਹੈ। ਫਿਰ ਹੈਪੀ ਦਿਵਾਲੀ, ਪਲੀਜ਼ 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 ਆਪਸੇ ਪ੍ਰਾਰਥਨਾ ਕਰ ਰਹੀ ਹੋ, ਪਟਾਕੇ ਮਤ ਜਲਾਈਏ, ਆਪ ਬਹੁਤ ਪੋਲਿਊਸ਼ਨ ਕਰਤੇ ਹੈ, ਐਰ ਪੋਲਿਊਸ਼ਨ, ਨੋਇਸ ਪੋਲਿਊਸ਼ਨ, ਖਾਸ ਕਰ ਜੋ ਜਾਨਵਰ ਹੈ ਸੜਕ ਪੇ ਆਪ ਉਨਕਾ ਸੋਚੇ ਕਿਉਂਕਿ ਵੋ ਬਹੁਤ ਡਰਤੇ ਵੀ ਹੈਂ, ਔਰ ਉਨਕੇ ਲਈ ਬਹੁਤ ਐਰ ਬਹੁਤ ਪੋਲਿਊਟਡ ਹੋ ਜਾਤੀ ਹੈ। ਤੋ ਪਲੀਜ਼ ਹੈਵ ਅ ਹੈਪੀ ਦਿਵਾਲੀ, ਦੀਏ ਜਲਾਈਏ, ਕੈਂਡਲਸ ਜਾਈਏ, ਪਲੀਜ਼ ਪਲੀਜ਼ ਭਗਵਾਨ ਕੇ ਲਈ ਔਰ ਜਾਨਵਰੋ ਕੇ ਲਈ ਔਰ ਆਪਣੇ ਲਈ ਕੋਈ ਵੀ ਪਟਾਕੇ ਮਤ ਜਲਾਈਏ। ਅਤੇ ਚੈਨਲ ਵਾਏ 'ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਨਵੀਆਂ ਅਤੇ ਤਾਜ਼ੀਆਂ ਖਬਰਾਂ ਲਈ ਤੁਸੀਂ ਲਗਾਤਾਰ ਵੇਖਦੇ ਰਹੋ ਸਾਡਾ ਇਹ ਬੁਲੇਟਿਨ। ਹੁਣ ਦਿਓ ਇਜਾਜ਼ਤ, ਫਿਰ ਮਿਲਾਂਗੇ, ਧੰਨਵਾਦ। Channel Y, a South Asian Canadian channel. Call Rogers or Bell today and subscribe to Channel Y. Channel Y.
For more information, visit SouthAsiaDaily.com. You are watching Channel Y. Channel Y. A South Asian Canadian channel.